ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸ਼ਿਬਾਜਪੁਰ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਜਦੋਂ ਦੋਸਤੋ ਬਿਲਕੁਲ ਆਪਾਂ ਦਿਆਲਪੁਰੇ ਤੋਂ ਤਰਨ ਤਾਰਨ ਜਾਂਦੇ ਹਾਂ ਤਾਂ ਰਸਤੇ ਵਿੱਚ ਦੋਸਤੋ ਘੁਰਕ ਪਿੰਡ, ਸੂਰ ਪਿੰਡ ਅਤੇ ਇਸੇ ਤਰ੍ਹਾਂ ਦੋਸਤੋ ਇੱਕ ਬਿਲਕੁਲ ਪਿੰਡ ਆਉਂਦਾ ਅੱਗੇ ਸ਼ਿਬਾਜਪੁਰ। ਅਤੇ ਬਾਕੀ ਵਧੇਰੇ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ, ਪੂਰੀ ਲੋਕੇਸ਼ਨ 'ਤੇ ਤੁਸੀਂ ਪਹੁੰਚ ਜਿਓ। ਇੱਕ ਵਹਿਰ ਤੁਹਾਨੂੰ ਦਿਖਾ ਦਾਂਗੇ, ਸ਼ਾਹੀਵਾਲ ਕਰੋਸਿੰਗ ਦੇ ਵਿੱਚ ਤਿਆਰੀ ਦੇ ਉੱਤੇ ਆ, ਬਿਲਕੁਲ ਸੂਣ ਦਾ ਨੇੜ ਹੀ ਆ, ਅਤੇ ਪੂਰੀ ਗੱਲਬਾਤ ਕਰ ਲਾਂਗੇ ਆਪਾਂ ਵੀਰ ਦੇ ਨਾਲ, ਠੀਕ ਹੈ ਜੀ। ਸੋ ਅੱਜ 12 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ। ਸਮਾਂ ਕੋਈ ਸ਼ਾਮ ਦੇ 4:30-5 ਕੁ ਵਜੇ ਦਾ ਬਿਲਕੁਲ ਸਮਾਂ ਹੈਗਾ। ਵੈਸੇ ਵਹਿੜ ਗੱਬਣ ਆ ਪੂਰੀ ਦਿਨ ਹਜੇ ਲੈਂਦੀ ਆ, ਆਓ ਕਰ ਲੈਂਦੇ ਹਾਂ ਗੱਲਬਾਤ, ਪੁੱਛ ਲੈਂਦੇ ਹਾਂ ਵੀਰ ਤੋਂ ਕੀ ਡਿਟੇਲ ਆ ਇਸ ਵਹਿੜ ਦੀ। ਸਭ ਤੋਂ ਪਹਿਲਾਂ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਠੀਕ ਠਾਕ ਜੀ? ਹਾਂਜੀ ਵਧੀਆ, ਠੀਕ ਠਾਕ। ਇੱਕ ਵੀਰ ਜੀ ਆਪਣਾ ਨਾਮ ਦੱਸ ਦਈਏ ਜੀ। ਨਾਮ ਆਪਣਾ ਬਲਜੀਤ ਸਿੰਘ, ਪਿੰਡ ਸਹਿਬਾਜਪੁਰ, ਲਾਗੇ ਪਿੰਡ ਡਿਆਲ ਵੀ ਪੈਂਦਾ, ਬਾਹਵਣੀ ਵਾਲਾ, ਆਮਤਪੁਰ, ਪੱਟੀ ਵੀ ਨੇੜੇ ਪੈਂਦਾ ਆਪਾਂ ਨੂੰ, ਇੱਥੋਂ ਪੈਂਦਾ 6-7 ਕਿਲੋਮੀਟਰ ਆਪਾਂ ਨੂੰ। ਹਾਂਜੀ ਬਿਲਕੁਲ, ਪੀਐਚ ਵਾਲਿਆਂ ਦਾ ਭੱਠਾ ਵਾ ਮੇਨ ਜਿਹੜਾ ਨਿਸ਼ਾਨੀ ਹੈ ਜਿਹੜੀ। ਹਾਂਜੀ ਹਾਂਜੀ, ਸਵਾਜਪੁਰ ਲਵਾਓਗੇ ਤੇ ਸਵਾਜਪੁਰ ਲੰਘ ਕੇ ਆਊਗਾ, ਜੇ ਆਪਾਂ ਦਿਆਲਪੁਰ ਲਵਾਵਾਂਗੇ ਤੇ ਇੱਕ ਦਿਆਲਪੁਰ ਦੇ ਰਾਜ ਘੁਰਕ ਪਿੰਡ, ਸੂਰ ਪਿੰਡ, ਬਾਠ ਅੱਡਾ ਲੰਘ ਕੇ ਸਾਹਮਣੇ ਭੱਠਾ ਦੇਖੂਗਾ, ਪੀਐਚ ਭੱਠਾ। ਹਾਂਜੀ ਦਫ਼ਤਰ ਉੱਪਰ ਹੀ ਬਣਿਆ ਹੈਗਾ। ਹਾਂਜੀ ਹਾਂਜੀ, ਉਹ ਸਿੱਧੀ ਆਪਣੇ ਘਰੇ ਆਉਣੀ ਸੜਕ। ਬਿਲਕੁਲ ਹਾਂਜੀ। ਤੇ ਵੀਰ ਜੀ ਪਸ਼ੂ ਵਪਾਰ ਦਾ ਕੰਮ? ਹਾਂਜੀ ਆਪਣਾ ਵਪਾਰ ਦਾ ਕੰਮ, ਕੋਈ ਮਤਲਬ ਇੱਕ ਦੋ ਨਾਗ ਜਿਹੜੇ ਆ ਜਾਂਦੇ? ਹਾਂਜੀ ਹਾਂਜੀ ਠੀਕ ਆ। ਤੇ ਆਪਾਂ ਵੈਸੇ ਪਹਿਲੀ ਵਾਰੀ ਵੀਡੀਓ ਬਣਾ ਰਹੇ ਹਾਂ। ਹਾਂਜੀ ਪਹਿਲੀ ਵਾਰੀ। ਤੇ ਇਸ ਵਹਿੜ ਦੀ ਡਿਟੇਲ ਕੀ ਆ, ਸੂਆ ਕਿੰਨਾ ਸੂਆ? ਡਿਟੇਲ ਵੀਰ ਜੀ ਘਰ ਵਾਲੇ ਆਂਦੇ ਦੂਜਾ ਸੂਆ, ਆਪਾਂ ਤੀਜਾ ਸੂਆ ਮੰਨ ਕੇ ਲਈ ਆ। ਹਾਂਜੀ ਹਾਂਜੀ, ਉਹ ਤੇ ਆਂਦੇ 18-17 ਕਿਲੋ ਦੁੱਧ ਕੱਢੂਗੇ ਆਪਾਂ, 16 ਕਿਲੋ ਮੰਨ ਕੇ ਲਈ। ਠੀਕ ਹੈ ਜੀ। ਹਾਂਜੀ, ਬਾਕੀ ਠੰਡੀ ਸੀਲ ਆ, ਕੋਈ ਇਹੋ ਜੀ ਨਹੀਂ ਆ। ਹਾਂਜੀ ਠੀਕ ਹੈ ਜੀ। ਹਾਂਜੀ ਇੱਕ ਵਾਰੀ ਆ ਵਿਖਾ ਦਿਓ ਮਾੜਾ ਜੀ। ਹਾਂਜੀ ਆ ਦੇਖੋ। ਸੋ ਬਾਕੀ ਤਿੱਪਣ ਤੁਸੀਂ ਆ ਵੇਖ ਸਕਦੇ ਆ, ਠੀਕ ਹੈ ਜੀ। ਵੈਸੇ ਇੱਕ ਨਾਲ ਪੋਰਟ ਜੀ ਹੈਗੀ, ਠੀਕ ਹੈ ਜੀ। ਬਾਕੀ ਚਾਰ ਥਾਣਾ ਚਾਰੇ ਵਰਦੇ ਆ, ਬਾਕੀ ਤੁਸੀਂ ਤਸੱਲੀ ਨਾਲ ਵੇਖ ਲਓ ਜੀ, ਤਿੱਪਣ ਇੱਕ ਨੰਬਰ ਆ, ਠੀਕ ਹੈ ਜੀ। ਤੇ ਥਣ ਦੇਵਾ ਤੁਸੀਂ ਵੇਖ ਲਓ, ਥਣ ਦੇਵਾ ਹਜੇ ਬਣਾਊਗੀ, ਠੀਕ ਆ। ਹਜੇ 5-7 ਦਿਨ ਕਿ 10 ਦਿਨ ਲੈ ਜੂ ਵੀਰ ਜੀ, 10 ਦਿਨ ਲੈ ਖੜ ਸਕਦੀ ਹੈ, 10 ਦਿਨ ਘੱਟੋ ਘੱਟ ਲੈ ਜੂ। ਬਾਕੀ ਭਰਾ ਬਰੂ 21 ਤਰੀਕ ਨੂੰ ਦਿਨ ਪੂਰੇ ਆ। 21 ਤਰੀਕ ਨੂੰ? ਹਾਂਜੀ ਹਜੇ ਫਿਰ ਦਿਨ ਕਾਫੀ ਪਏ, 10 ਦਿਨ ਹਨ, ਠੀਕ ਹੈ। ਸੂਆ ਤੀਜਾ ਹਨ? ਹਾਂਜੀ ਹਾਂਜੀ। ਤੇ ਇਹਨੂੰ ਵੀਰ ਜੀ ਬਲਜੀਤ ਵੀਰ ਖੋਲ ਕੇ ਦਿਖਾ ਦਈਏ, ਠੀਕ ਹੈ ਜੀ। ਸ਼ਾਹੀਵਾਲ ਕਰੋਸਿੰਗ ਦੇ ਵਿੱਚ ਆ ਦੋਸਤੋ, ਠੀਕ ਆ। ਬਾਕੀ ਧਾਰਾਂ ਤੁਹਾਨੂੰ ਮਾਰ ਕੇ ਦਿਖਾਤੀਆਂ, ਤਿੱਪ ਕੇ ਦਿਖਾਤਾ, ਬਰਾਬਰੂ ਬਿਲਕੁਲ ਚੰਗਾ, ਮੋਟੀ ਆ ਧਾਰ, 1 ਨੰਬਰ ਆ, ਠੀਕ ਆ ਜੀ। ਅਤੇ ਬਾਕੀ ਠੰਡੀ ਧੀਰੀ ਆ। ਇੱਕ ਦੋਸਤੋ ਜ਼ਰੂਰ ਤੁਸੀਂ ਨੋਟ ਕਰ ਲਿਓ ਵੀ ਕੱਦ ਕਾਠ ਵੀ ਪੂਰਾ ਵੱਡਾ ਹੈ, ਹਾਈਟ ਵੱਡੀ ਆ, ਠੀਕ ਆ ਜੀ, ਪੂਰੀ ਵੱਡੀ ਹਾਈਟ ਆ। ਅਤੇ ਬਿਲਕੁਲ ਰਾਜੀ ਆ, ਪੂਰੀ ਵਜਨ ਵੁਜਨ ਵਾਲੀ ਆ, ਠੀਕ ਆ। ਬੈਠ 10 ਦਿਨਾਂ ਦੇ ਵਿੱਚ ਦੋਸਤੋ ਜੇਕਰ ਆਪਾਂ ਗੱਲ ਕਰ ਲਈਏ ਤਾਂ ਬਿਲਕੁਲ ਬਣ ਕੇ ਤਿਆਰੀ ਹੋ ਜੂਗੀ। ਬਾਕੀ ਥਣ ਭਾਂਡਾ ਵਧੀਆ ਪੂਰਾ, ਠੀਕ ਆ ਜੀ। ਸੋ ਬਾਕੀ ਉਹਨਾਂ ਵੀਰਾਂ ਲਈ ਆ ਵੀ ਜਿਹੜੇ ਵੀਰ ਕੋਈ ਨਹੀਂ ਪਹੁੰਚ ਸਕਦਾ ਤਿੱਪ ਕੇ, ਉਹਨਾਂ ਲਈ ਜ਼ਰੂਰ ਦਿਖਾਇਆ ਜਾਂਦਾ ਪਸ਼ੂ। ਅਤੇ ਜਿਹੜੇ ਵੀਰ ਘਰ ਵਿਜਿਟ ਕਰ ਸਕਦੇ ਆ ਪੱਟੀ ਹਲਕੇ ਦੇ ਆ, ਸ਼ਿਬਾਜਪੁਰ, ਕੈਰੋਂ, ਲੌਕਾ, ਜੰਡੋਗੇ, ਸਰਿਆਲੀ, ਚਾਹੇ ਇੱਧਰ ਵੀਰ ਕੋਈ ਫਤਿਹਪੁਰ ਸੁੱਗੇ ਵਾਲੇ ਪਾਸੇ ਆ, ਚਾਹੇ ਆਪਣੇ ਵੀਰ ਕੋਈ ਸੁਰ ਸਿੰਘ ਤੋਂ ਆ, ਜਿਹੜੇ ਜਿਹੜੇ ਨੇੜੇ ਨੇੜੇ ਏਰੀਆ ਦੇ ਵੀਰ ਆ, ਉਹ ਆਪਦੀ ਆਣ ਕੇ ਤਸੱਲੀ ਆ, ਤੁਸੀਂ ਵੀ ਤਿੱਪ ਕੇ ਭਰਾ ਕੇ ਚੰਗੀ ਤਰ੍ਹਾਂ ਦੇਖ ਸਕਦੇ ਜੀ, ਠੀਕ ਹੈ ਜੀ, ਸਾਈ ਬਿਆਨਾ ਵੀਰ ਦੇ ਨਾਲ ਕਰਕੇ।
ਠੀਕ ਹੈ ਜੀ। ਬਾਕੀ ਆਹ ਫੇਸ ਕੁਆਲਿਟੀ ਹੈ, ਠੀਕ ਹੈ। ਕਰੋਸ ਪਨ ਦੇ ਵਿੱਚ ਜਿਹੜੀ ਆ ਇਹ ਬੈਡ ਆ, ਠੀਕ ਹੈ ਜੀ। ਬਾਕੀ ਇੱਕ ਵਾਰੀ ਸੱਜੇ ਖੱਬੇ ਉਹ ਤੁਹਾਨੂੰ ਥਾਣ ਬੜੀ ਤਸੱਲੀ ਨਾਲ ਦਿਖਾ ਦਿੰਦੇ ਹਾਂ। ਆਹ ਦੇਖੋ ਜੀ, ਠੀਕ ਆ। ਅਤੇ ਅੱਗੋਂ ਵੀਰਾਂ ਦਾ ਵੀ ਦੱਸਿਆ ਗਿਆ, ਬਲਜੀਤ ਭਾਈ ਤੁਸੀਂ ਦੱਸਿਆ ਵੀ ਜਿਵੇਂ 18 ਕੁ ਲੀਟਰ ਦੀ ਤਸੱਲੀ ਕਹੀ ਆ, ਪਰ ਚਲੋ ਕੋਈ 15-16 ਲੀਟਰ 16 ਕਿਲੋ ਆਰਾਮ ਨਾਲ ਦੁੱਧ ਕੱਢੂਗੀ। ਹਾਂਜੀ, ਪੂਰੀ ਵੱਡੀ ਹਾਈਟ ਪਲੀ ਪੁਲੀ ਆ। ਲਓ ਜੀ, ਬਾਕੀ ਢਿੱਲਾਂ ਢੁੱਲਾਂ ਆਉਂਦੀਆਂ, ਠੀਕ ਆ। ਢਿੱਲ ਢੁੱਲ ਕਾਫੀ ਆ, ਬਾਕੀ ਹਵਾਨਾ ਵੀ ਪੂਰਾ ਨਿੱਗਰ ਬਣਾ ਲੂਗੀ, ਹੈ ਨਾ। ਅਤੇ ਨਿੱਗਰ ਲੇਵਾ ਹਵਾਨਾ ਬਣਾ ਕੇ ਤਿਆਰ ਕਰ ਲੂਗੀ, ਢਿੱਲ ਢੁੱਲ ਲੜ ਲੁੜ ਦਾ। ਆਹ ਤੁਸੀਂ ਵੇਖ ਸਕਦੇ ਲੜ ਕਾਫੀ ਆ। ਇਹ ਤਾਂ ਮੁੱਲ ਕੀ ਰਹੂਗਾ ਜੀ ਫਿਰ ਲੈਣ ਦੇਣ? ਮੁੱਲ ਵੀਰ ਜੀ ਭਾਵੇਂ ਕਰਨ ਨੂੰ ਤਾਂ 50 ਕਰ ਲਈਏ, 45,000 ਦੇ ਵਿੱਚ 1,000 ਰੁਪਇਆ ਛੋਟ ਕਰ ਦਾਂ। 45 ਚੋਂ? ਹਾਂਜੀ, ਹੋਰ 500 ਰੁਪਇਆ ਕਰ ਦਾਂ। ਠੀਕ ਆ ਜੀ, ਹਾਂਜੀ ਠੀਕ ਆ। ਮਤਲਬ ਕਿ 43 ਦੀ, ਹਾਂਜੀ ਹਾਂ ਨਾ ਜਿਹੜੀ, ਹਾਂਜੀ ਹਾਂ ਨਾ, ਠੀਕ ਆ ਜੀ। 43,500 ਦੀ ਆ ਜਿਹੜੀ ਦੋਸਤੋ ਵੀਰਾਂ ਦਾ ਵੀ ਹਾਂ ਨਾ ਹੋਊਗੀ, ਠੀਕ ਆ। ਅਤੇ ਆਓ ਆਪਣੀ ਵਿਜਿਟ ਕਰਕੇ ਤਸੱਲੀ ਕਰੋ, ਨਰਕ ਪਰਖ ਕਰੋ, ਠੀਕ ਆ। ਬੈਠ ਸਾਰੀ ਚੰਗੀ ਆ, ਤੀਜਾ ਸੂਬਾ ਸੋਹਣਾ, ਬਹਿਣੀ ਵਾਲੇ ਪਾਸੇ ਇੱਕ ਵਾਰੀ ਫਿਰ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਹਾਂ, ਠੀਕ ਆ ਜੀ। ਬਾਕੀ ਥਣ ਭਾਂਡਾ ਆਹ ਹੈਗਾ, ਠੀਕ ਹੈ ਜੀ। ਵੇਨ ਵੂਨ ਮਿਲਕ ਦੇ ਉੱਪਰ, ਹਵਾਨੇ ਦੇ ਉੱਪਰ ਵੇਨ ਵੂਨ ਕਾਫੀ ਜ਼ਿਆਦਾ ਉੱਭਰ ਗਈਆਂ ਹੋਈਆਂ ਨਜ਼ਰ ਆ ਰਹੀਆਂ ਨੇ। ਅਤੇ ਆਹ ਥਾਂ ਜੀ ਮੁੱਠੀ ਵਾਲਾ ਥਾਣਾ, ਠੀਕ ਹੈ ਜੀ, ਹੱਥੀ ਚੁਬਾਈ ਵਾਲਾ ਥਾਣਾ। ਸੋ ਬਾਕੀ ਪੂਰੀ ਤਸੱਲੀ ਬਖਸ਼, ਠੀਕ ਹੈ। ਭਰਾ ਭਰੂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਛੱਡੀ ਨਹੀਂ, ਕੋਈ ਦੂਜਾ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਬਿਲਕੁਲ ਇੱਕ ਨੰਬਰ ਜਿਹੜਾ ਦੋਸਤੋ ਬੋਲਾ ਭੰਨਿਆ, ਬਿਲਕੁਲ ਬੋਲਾ ਨਿਕਲਿਆ, ਤੁਸੀਂ ਵੇਖਿਆ ਤਸੱਲੀ ਨਾਲ, ਠੀਕ ਹੈ। 53 ਇੱਕ ਨੰਬਰ ਆ, ਅਤੇ ਨੰਬਰ ਵੀਰ ਜੀ ਆਪਣੇ ਜ਼ਰੂਰ ਦੇਈਏ ਭੈਣ ਭਰਾਵਾਂ ਨੂੰ। ਵੀਰ ਜੀ ਨੰਬਰ ਆਪਣਾ ਹੈਗਾ 73,407,40,212, ਠੀਕ ਹੈ ਜੀ, ਠੀਕ ਹੈ। ਅਤੇ ਇਹ ਦੋਸਤੋ ਬੈਠ ਸੀਗੇ ਵੀਰ ਦੇ ਕੋਲ ਇੱਕ ਪਸ਼ੂ, ਇਸੇ ਤਰ੍ਹਾਂ ਦੋਸਤੋ 1-2 ਨਾਗ ਹੀ ਆਉਂਦੇ ਆ, ਠੀਕ ਹੈ ਜੀ। ਕੋਈ 1-2 ਨਾਗ ਆ ਜਾਂਦੇ ਆ, ਉਹ ਵੀਰ ਲਿਆ ਕੇ ਸੇਲ ਕਰਦਾ, ਅਤੇ ਪਸ਼ੂ ਜਿਹੜੇ ਤਸੱਲੀ ਵਾਲੇ ਹੋਣਗੇ। ਬਾਕੀ ਆਪਦੀ ਨਰਕ ਪਰਖ ਹਰ ਥਾਂ ਤੋਂ, ਹਰ ਲੋਕੇਸ਼ਨ ਤੋਂ, ਜਿਸ ਘਰੋਂ ਵੀ ਆਪਾਂ ਵੀਡੀਓ ਪਾਈ ਦੀ ਆ, ਉੱਥੋਂ ਜ਼ਰੂਰ ਆਪਾਂ ਕਹਿੰਦੇ ਹਾਂ ਵੀ ਆਪਦੀ ਤਸੱਲੀ ਜ਼ਰੂਰ ਕਰ ਲਿਓ, ਠੀਕ ਆ। ਤਸੱਲੀ ਇਹੋ ਜਿਹੀ ਆ ਵੀ ਪਸ਼ੂ ਗਾਭਾ ਨਾ ਤਿੱਪ ਕੇ ਆਪਦੀ ਵਰਾ ਕੇ ਚੰਗੀ ਤਰ੍ਹਾਂ ਤਸੱਲੀ ਕਰ ਲਿਓ, ਤਾਂ ਜੋ ਦੋਸਤੋ ਕੱਲ੍ਹ ਨੂੰ ਕੋਈ ਵੀਰ ਉਲਾਂਭਾ ਨਾ ਦੇਵੇ, ਠੀਕ ਆ ਜੀ। ਅਤੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।